ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਝੋਨੇ ਦੇ 20-25 ਦਿਨਾਂ ਤੋਂ ਲੈ ਕੇ ਯਾਨੀ ਕਿ ਲਵਾਈ ਤੋਂ ਲੈ ਕੇ ਪੈਨੀਕਲ ਸਟੇਜ ਤੋਂ ਪਹਿਲਾਂ ਜੇਕਰ ਆਪਣੇ ਝੋਨੇ ਨੂੰ ਇੱਕ ਵਾਰ ਸੋਕਾ ਵੀ ਲੱਗ ਜਾਵੇ ਤਾਂ ਕੋਈ ਵੀ ਆਪਣਾ ਬਹੁਤਾ ਨੁਕਸਾਨ ਨਹੀਂ ਹੁੰਦਾ, ਕਿਉਂਕਿ 20-25 ਦਿਨ ਤੋਂ ਬਾਅਦ ਆਪਾਂ ਨੂੰ ਜਿਹੜਾ ਝੋਨੇ ਦਾ ਪਾਣੀ ਹਵਾ ਲਵਾ ਲਵਾ ਕੇ ਲਗਾਉਣਾ ਚਾਹੀਦਾ ਹੈ। ਅਤੇ ਪੈਨੀਕਲ ਸਟੇਜ ਤੋਂ ਲੈ ਕੇ ਝੋਨੇ ਦੇ ਮਿਲਕ ਸਟੇਜ ਤੱਕ ਯਾਨੀ ਕਿ ਮਿਲਕ ਗ੍ਰੇਨ ਸਟੇਜ ਤੱਕ ਆਪਾਂ ਨੂੰ ਸੋਕਾ ਬਿਲਕੁਲ ਨਹੀਂ ਲੱਗਣ ਦੇਣਾ ਚਾਹੀਦਾ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜੀ ਆਪਣੀ ਪੈਨੀਕਲ ਸਟੇਜ ਇਹ ਵੱਖ ਵੱਖ ਵਰਾਇਟੀਆਂ ਦੇ ਹਿਸਾਬ ਦੇ ਨਾਲ ਜੇਕਰ ਆਪਾਂ ਗੱਲ ਕਰੀਏ 135 ਤੋਂ 140 ਦਿਨਾਂ ਦੀ ਵਰਾਇਟੀਆਂ ਤੱਕ, ਇਹਨਾਂ ਦੀ ਤਕਰੀਬਨ 45-50 ਦਿਨ ਦੇ ਲਗਭਗ ਜਿਹੜੀ ਆਪਣੀ ਪੈਨੀਕਲ ਸਟੇਜ ਸ਼ੁਰੂ ਹੋ ਜਾਂਦੀ ਹੈ। ਪੈਨੀਕਲ ਸਟੇਜ ਉਹ ਹੁੰਦੀ ਹੈ, ਆਪਾਂ ਪਿਛਲੀ ਵੀਡੀਓ ਵਿੱਚ ਵੀ ਗੱਲ ਕੀਤੀ ਹੈ, ਜਦੋਂ ਆਪਣੇ ਤਣੇ ਦੇ ਵਿੱਚ ਮੁੰਜਾ ਝੋਨੇ ਦੀ ਪੈਪ ਦੇ ਵਿੱਚ ਇੱਕ ਨਿੱਕੀ ਜਿਹੀ ਮੁੰਜਰ ਬਣਨਾ ਸ਼ੁਰੂ ਹੋ ਜਾਂਦੀ ਹੈ। ਇਸ ਸਮੇਂ ਹੀ ਆਪਣੇ ਝੋਨੇ ਦੇ ਦਾਣਿਆਂ ਦੀ ਸੰਖਿਆ ਨਿਰਧਾਰਿਤ ਹੁੰਦੀ ਹੈ। ਜਿੰਨੇ ਦਾਣੇ ਜਿੰਨੇ ਆਪਣੇ ਇੱਥੇ ਹੁਣ ਖੋਲ ਬਣ ਗਏ ਦਾਣਿਆਂ ਦੇ, ਉਨੇ ਹੀ ਦਾਣੇ ਆਪਣੇ ਗਾਂਹ ਜਾ ਕੇ ਆਪਣੀ ਡਿਵੈਲਪਮੈਂਟ ਹੋਣੀ ਹੈ, ਉਨੇ ਦਾਣੇ ਹੀ ਬਣਨੇ ਨੇ। ਇਸ ਤੋਂ ਬਾਅਦ ਜੇਕਰ ਫੋਕ ਪੈਣ ਦੀ ਸਮੱਸਿਆ ਆਉਂਦੀ ਹੈ ਤਾਂ ਝਾੜ ਘੱਟ ਜਾਂਦਾ, ਜੇਕਰ ਇਸ ਸਟੇਜ 'ਤੇ ਆਣ ਕੇ ਆਪਣੇ ਨਾਈਟ੍ਰੋਜਨ ਤੱਤ ਦੀ ਘਾਟ ਆਉਂਦੀ ਹੈ ਤਾਂ ਹੀ ਆਪਾਂ ਕਹਿੰਦੇ ਹਾਂ ਕਿ ਜਿਹੜੀਆਂ ਵਰਾਇਟੀਆਂ 135 ਤੋਂ 140 ਦਿਨ ਲੈਂਦੀਆਂ ਨੇ ਇਹਨਾਂ ਨੂੰ 38-40 ਦਿਨ 'ਤੇ ਜਾਣੀ ਕਿ ਆਪਾਂ ਨੂੰ ਯੂਰੀਆ ਖਾਦ ਪੂਰੀ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਹਫ਼ਤੇ ਬਾਅਦ ਫਿਰ ਆਪਣੀ ਪੈਨੀਕਲ ਸਟੇਜ ਸ਼ੁਰੂ ਹੁੰਦੀ ਹੈ। ਜੇਕਰ ਇਸ ਸਮੇਂ ਨਾਈਟ੍ਰੋਜਨ ਦੀ ਘਾਟ ਆਉਂਦੀ ਹੈ ਤਾਂ ਆਪਣੇ ਝਾੜ ਦਾ ਤਕਰੀਬਨ 25% ਤੋਂ ਲੈ ਕੇ 50% ਤੱਕ ਝਾੜ ਘੱਟ ਜਾਂਦਾ। ਅਤੇ ਹੁਣ ਆਪਾਂ ਪੈਨੀਕਲ ਸਟੇਜ ਤਕਰੀਬਨ ਆਪਣੇ 30-35 ਦਿਨ ਸਮਾਂ ਲੈਂਦੀ ਹੈ, ਪੈਨੀਕਲ ਸਟੇਜ ਰੀਪ੍ਰੋਡਕਟਿਵ ਸਟੇਜ ਆਪਣੀ 30-35 ਦਿਨ ਸਮਾਂ ਲੈਂਦੀ ਹੈ। ਜਿਹੜੀ ਪੈਨੀਕਲ ਸਟੇਜ ਆਪਣੀ 45-50 ਦਿਨ ਦੇ ਲਗਭਗ ਆਪਣੀ ਸਟੇਜ ਹੁੰਦੀ ਹੈ। ਅਤੇ ਜੇਕਰ ਆਪਾਂ ਗੱਲ ਕਰੀਏ ਪੈਨੀਕਲ ਸਟੇਜ ਤੋਂ ਲੈ ਕੇ ਝੋਨਾ ਪੱਕਣ ਤੱਕ ਟੋਟਲ ਜਿਹੜਾ ਸਮਾਂ ਹੈ 60-65 ਦਿਨ ਦਾ ਸਮਾਂ ਹੁੰਦਾ ਹੈ। ਇਹਦੇ ਵਿੱਚੋਂ ਰੀਪ੍ਰੋਡਕਟਿਵ ਸਟੇਜ ਯਾਨੀ ਕਿ 30-35 ਦਿਨ ਯਾਨੀ ਕਿ ਪੈਨੀਕਲ ਸਟੇਜ ਤੋਂ ਲੈ ਕੇ ਬੂਰ ਪੈਣ ਤੱਕ ਆਪਣੇ 30-35 ਦਿਨ ਸਮਾਂ ਲੱਗਦਾ ਹੈ, ਅਤੇ ਬੂਰ ਪੈਣ ਤੋਂ ਝੋਨਾ ਪੱਕਣ ਤੱਕ 25-30 ਦਿਨ ਦਾ ਸਮਾਂ ਲੱਗਦਾ ਹੈ। ਇਹ ਟੋਟਲ ਜਿਹੜੇ ਆਪਣੇ ਦਿਨ ਨੇ 65-70 ਯਾਨੀ ਕਿ ਵੱਖ ਵੱਖ ਜ਼ਮੀਨ ਦੇ ਹਿਸਾਬ ਦੇ ਨਾਲ 4-5 ਦਿਨ ਦਾ ਫਰਕ ਪੈ ਜਾਂਦਾ ਮੌਸਮ 'ਤੇ, ਆਪਣੀ ਖਾਦ ਪ੍ਰਬੰਧ 'ਤੇ ਅਤੇ ਆਪਣੀ ਜ਼ਮੀਨ 'ਤੇ। ਠੰਡੀਆਂ ਜ਼ਮੀਨਾਂ ਦੇ ਵਿੱਚ ਥੋੜ੍ਹਾ ਜਿਹੜਾ ਝੋਨਾ 5-7 ਦਿਨ ਵੱਧ ਲੈ ਜਾਂਦਾ। ਅਤੇ ਇਸ ਸਟੇਜ 'ਤੇ ਆਣ ਕੇ ਕਿਸਾਨ ਵੀਰੋ ਜਦੋਂ ਪੈਨੀਕਲ ਸਟੇਜ ਤੋਂ ਆਪਣਾ ਪਹਿਲਾਂ ਆਪਾਂ ਝੋਨੇ ਨੂੰ ਹਵਾ ਲਵਾ ਸਕਦੇ ਹਾਂ, ਉਸ ਤੋਂ ਬਾਅਦ ਆਪਾਂ ਨੂੰ ਪੈਨੀਕਲ ਸਟੇਜ ਤੋਂ ਲੈ ਕੇ ਯਾਨੀ ਕਿ ਗੋਭ ਸਟੇਜ ਤੱਕ ਮਿਲਕ ਗ੍ਰੇਨ ਸਟੇਜ ਤੱਕ ਆਪਾਂ ਨੂੰ ਖੇਤ ਵਿੱਚ ਸੋਕਾ ਨਹੀਂ ਲਗਾਉਣਾ ਚਾਹੀਦਾ। ਜੇਕਰ ਇਸ ਸਟੇਜ 'ਤੇ ਆਣ ਕੇ ਆਪਾਂ ਸੋਕਾ ਲਵਾ ਦਿੰਦੇ ਹਾਂ ਤਾਂ ਆਪਣਾ 25-50% ਤੱਕ ਝਾੜ ਆਪਣਾ ਘੱਟ ਸਕਦਾ। ਇਸ ਤੋਂ ਬਾਅਦ ਆਪਣੀ ਸਟੇਜ ਆਉਂਦੀ ਜੀ ਪੈਨੀਕਲ ਸਟੇਜ ਤੋਂ ਬਾਅਦ ਰੀਪ੍ਰੋਡਕਟਿਵ ਸਟੇਜ ਤੋਂ ਬਾਅਦ ਆਪਣੀ ਸਟੇਜ ਸ਼ੁਰੂ ਹੁੰਦੀ ਹੈ ਬੂਟਿੰਗ ਸਟੇਜ, ਜਿਹਨੂੰ ਆਪਾਂ ਕਹਿੰਦੇ ਹਾਂ ਗੋਭ ਭਰਨਾ। ਇਸ ਸਟੇਜ 'ਤੇ ਆਣ ਕੇ ਆਪਾਂ ਨੂੰ ਇੱਕ NPK ਸਪਰੇ, ਉੱਲੀ ਨਾਸ਼ਕ ਅਤੇ ਇਨਸੈਕਟੀਸਾਈਡ ਸਪਰੇ ਆਪਾਂ ਨੂੰ ਕਰਨਾ ਚਾਹੀਦਾ। ਇਸ ਸਟੇਜ 'ਤੇ ਆਣ ਕੇ ਆਪਾਂ ਨੂੰ ਜਿਹੜੇ ਖੇਤ ਹਲਕੇ ਨੇ ਦਰਮਿਆਨੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਇੱਕ NPK ਸਪਰੇ 13-045 ਅਤੇ ਉੱਲੀ ਨਾਸ਼ਕ ਸਪਰੇ ਆਪਾਂ ਨੂੰ ਜ਼ਰੂਰ ਹੀ ਕਰਨਾ ਚਾਹੀਦਾ। ਜਿਹੜੇ NPK ਸਪਰੇ ਹਲਕੀਆਂ ਜ਼ਮੀਨਾਂ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ, ਜਿਹੜੀ ਉੱਲੀ ਨਾਸ਼ਕ ਸਪਰੇ ਆਪਾਂ ਨੂੰ ਗੋਭ ਦੀ ਸਟੇਜ 'ਤੇ ਆਪਾਂ ਨੂੰ ਇੱਕ ਉੱਲੀ ਨਾਸ਼ਕ ਸਪਰੇ ਜ਼ਰੂਰ ਹੀ ਕਰਨਾ ਚਾਹੀਦਾ, ਕਿਉਂਕਿ ਇਸ ਦੇ ਨਾਲ ਵੀ ਜੇਕਰ ਆਪਾਂ ਇਸ ਸਟੇਜ 'ਤੇ ਆਣ ਕੇ ਗੋਭ ਦੀ ਸਟੇਜ 'ਤੇ ਆਣ ਕੇ ਉੱਲੀ ਨਾਸ਼ਕ ਸਪਰੇ ਨਹੀਂ ਕਰਦੇ ਅਤੇ ਇਸ ਦੇ ਨਾਲ ਵੀ ਆਪਣਾ 5-7 ਮਿੰਟ ਝਾੜ ਘੱਟ ਜਾਂਦਾ। ਅਤੇ ਇਸ ਤੋਂ ਬਾਅਦ ਇਹ ਸਟੇਜ ਸ਼ੁਰੂ ਹੁੰਦੀ ਜਿਹੜੀ ਆਪਣੀ ਨਿਸਰਨਾ, ਝੋਨੇ ਨੇ ਨਿਸਾਰਾ ਲੈਣਾ ਹੁੰਦਾ। ਅਤੇ ਝੋਨੇ ਦੇ ਨਿਸਾਰੇ ਲੈਣ ਤੋਂ ਪਹਿਲਾਂ ਜਦੋਂ ਆਪਣੀ ਥੋੜ੍ਹੀ ਕੁ ਮੁੰਜਰ ਆਪਾਂ ਨੂੰ ਦਿਖਾਈ ਦਿੰਦੀ ਹੈ, ਜਦੋਂ ਝੰਡੇ ਪੱਤੇ ਦੇ ਵਿੱਚ ਅਜੇ ਮੁੰਜਰ ਲਿਪਟੀ ਹੁੰਦੀ ਹੈ ਅਤੇ ਥੋੜ੍ਹੀ ਕੁ ਆਪਾਂ ਨੂੰ ਦਿਸਣੀ ਮੁੰਜਰ ਸ਼ੁਰੂ ਹੋ ਜਾਂਦੀ ਹੈ, ਜੇਕਰ ਇਸ ਸਮੇਂ ਆਪਣੇ ਫਸਲ 'ਤੇ ਆਪਣੇ ਬਾਰਿਸ਼ ਹੋ ਜਾਂਦੀ ਹੈ, ਮੀਂਹ ਪੈ ਜਾਂਦਾ, ਤਾਂ ਇਸ ਸਮੇਂ ਜਿਹੜੇ ਆਪਣੇ ਫਿਰ ਦਾਣੇ ਦਾਗੀ ਹੋ ਜਾਂਦੇ ਨੇ, ਕਿਉਂਕਿ ਜਿਹੜਾ ਆਪਣਾ ਝੰਡਾ ਪੱਤਾ ਥੋੜ੍ਹਾ ਕੁ
ਆਪਣਾ ਮੁੰਜਰ ਨਾਲੋਂ ਪਿੱਛੇ ਹਟਿਆ ਹੁੰਦਾ, ਜਿਹਦੇ ਨਾਲ ਆਪਣੇ ਝੰਡੇ ਪੱਤੇ ਦੇ ਵਿੱਚ ਆਪਣੇ ਮੁੰਜਰ ਦੇ ਨਾਲ ਪਾਣੀ ਆਪਣੇ ਵਿੱਚ ਵੜ ਜਾਂਦਾ, ਜਿਹਦੇ ਨਾਲ ਫਿਰ ਆਪਣੇ ਦਾਣੇ ਕਾਲੇ ਹੋ ਜਾਂਦੇ ਨੇ। ਇਸ ਦਾ ਕੋਈ ਵੀ ਆਪਣੀ ਸਪਰੇ ਵੀ ਜਿਹੜੇ ਦਾਣੇ ਆਪਣੇ ਹਰੇ ਕਰ ਸਕੇ, ਦਾਣਿਆਂ ਵਧੀਆ ਕਰ ਸਕੇ, ਕੋਈ ਵੀ ਸਪਰੇ ਇਸ 'ਤੇ ਕੰਮ ਨਹੀਂ ਕਰਦੀ। ਅਤੇ ਜਦੋਂ ਝੋਨਾ ਆਪਣਾ ਸਾਰਾ ਸ਼ੁਰੂ ਹੋ ਜਾਂਦਾ, ਇਹ ਤਕਰੀਬਨ ਹੀ ਆਪਣੀਆਂ ਵੱਖ ਵੱਖ ਵਰਾਇਟੀਆਂ ਦੇ ਹਿਸਾਬ ਦੇ ਨਾਲ ਜੇਕਰ ਆਪਾਂ ਆਲ ਓਵਰ ਗੱਲ ਕਰੀਏ ਤਾਂ 5 ਦਿਨਾਂ ਤੋਂ ਲੈ ਕੇ 15 ਦਿਨ ਤੱਕ ਝੋਨਾ ਸਮਾਂ ਲੱਗਦਾ ਨੇ ਸਾਰੇ ਲੈਣ 'ਤੇ। ਜਿਵੇਂ PX 131 ਵਰਾਇਟੀ ਹੈ, ਦੂਜੀਆਂ ਵਰਾਇਟੀਆਂ ਜਿਵੇਂ 5 ਤੋਂ 7 ਦਿਨ ਦੇ ਵਿੱਚ ਸਾਰਾ ਨੇ ਸਾਰਾ ਲੈ ਜਾਂਦੀਆਂ ਨੇ, ਹਫ਼ਤੇ ਤੱਕ ਲੈ ਜਾਂਦੀਆਂ ਨੇ। ਜਿਹੜੀ PX 131 ਵਰਾਇਟੀ ਹੈ ਥੋੜ੍ਹਾ ਸਮਾਂ ਜ਼ਿਆਦਾ ਲੈਂਦੀ, ਯਾਨੀ ਕਿ 5 ਦਿਨਾਂ ਤੋਂ ਲੈ ਕੇ 12 ਤੋਂ 15 ਦਿਨ ਸਮਾਂ ਇਹ ਲੈ ਸਕਦੀ ਹੈ। ਅਤੇ ਜਿਹੜੀ ਫਿਰ ਇਸ ਤੋਂ ਬਾਅਦ ਝੋਨਾ ਨੇ ਸਾਰਾ ਲਿਆ ਜਾਂਦਾ, ਫਿਰ ਆਪਣੇ ਬੂਰ ਪੈਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ, ਜਿਹੜੀ ਕਿ ਆਪਣੀ 5 ਤੋਂ 7 ਦਿਨਾਂ ਦੇ ਵਿੱਚ ਪੂਰੀ ਹੁੰਦੀ ਹੈ। ਇਹ ਜਿਹੜੀ ਸਟੇਜ ਹੁੰਦੀ ਹੈ ਆਪਣੀ ਰੀਪ੍ਰੋਡਕਟਿਵ ਸਟੇਜ ਦੀ ਆਖਰੀ ਸਟੇਜ ਹੁੰਦੀ ਹੈ, ਬੂਰ ਪੈਣ ਦੀ ਪ੍ਰਕਿਰਿਆ 5 ਤੋਂ 7 ਦਿਨ ਇਸ ਪ੍ਰਕਿਰਿਆ ਦੇ ਵਿੱਚ ਲੱਗਦੇ ਨੇ। ਜਿਹੜਾ ਬੂਰ ਹੈ ਫਿਰ ਆਪਣੇ ਜਦੋਂ ਆਪਣਾ ਝੋਨਾ ਨਿਸਰ ਆਉਂਦਾ ਹੈ, ਇਹ ਆਪਣਾ ਉਸੇ ਦਿਨ ਹੀ ਜੇਕਰ ਆਪਣੇ ਸਵੇਰ ਦੇ ਸਮੇਂ ਮੁੰਜਰ ਬਾਹਰ ਆਉਂਦੀ ਹੈ ਤਾਂ ਉਸੇ ਦਿਨ ਹੀ ਆਪਣਾ ਬੂਰ ਪੈਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਅਤੇ ਜੇਕਰ ਸ਼ਾਮ ਦੇ ਸਮੇਂ ਆਉਂਦੀ, ਜੇਕਰ ਲੇਟ ਆਪਣਾ ਬੂਰ ਮੁੰਜਰ ਬਾਹਰ ਆਉਂਦੀ, ਫਿਰ ਅਗਲੇ ਦਿਨ ਜਿਹੜਾ ਆਪਣਾ ਬੂਰ ਪੈਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਹ ਜਿਹੜਾ ਬੂਰ ਪੈਣ ਦੀ ਪ੍ਰਕਿਰਿਆ 3 ਭਾਗਾਂ ਦੇ ਵਿੱਚ ਪੈਂਦੀ ਹੈ, ਪਹਿਲਾਂ ਉੱਪਰਲੇ ਭਾਗ ਦੇ ਵਿੱਚ, ਫਿਰ ਆਪਣੇ ਸੈਂਟਰ ਅਤੇ ਵਿਚਕਾਰਲੇ ਭਾਗ ਦੇ ਵਿੱਚ, ਅਤੇ ਫਿਰ ਆਪਣੇ ਜਿਹੜੇ ਲਾਸਟ ਭਾਗ। 3 ਭਾਗਾਂ ਦੇ ਵਿੱਚ ਬੂਰ ਪੈਣ ਦੀ ਪ੍ਰਕਿਰਿਆ ਹੁੰਦੀ ਹੈ। ਅਤੇ ਬੂਰ ਪੈਣ ਦੀ ਪ੍ਰਕਿਰਿਆ ਦੇ ਵਿੱਚ ਜਿਹੜੇ ਆਪਣੇ ਨਰ ਭਾਗ ਆਪਣਾ ਬਾਹਰ ਆਉਂਦਾ, ਅਤੇ ਜਿਹੜਾ ਆਪਣਾ ਮਾਦਾ ਭਾਗ ਆਪਣੇ ਹੇਠਲੇ ਪਾਸੇ ਹੁੰਦਾ, ਫਿਰ ਆਪਣੇ ਨਰ ਭਾਗ ਦੇ ਵਿੱਚੋਂ ਜਿਹੜੇ ਪੋਲਨ ਗ੍ਰੇਨ ਨੇ ਆਪਾਂ ਉਹ ਡਿੱਗਦੇ ਨੇ, ਅਤੇ ਜਿਹੜੇ ਆਪਣੇ ਮਾਦਾ ਭਾਗ 'ਤੇ ਫਿਰ ਪੈਂਦੇ ਨੇ ਜਿਹੜੇ ਪੋਲਨ ਗ੍ਰੇਨ। ਅਤੇ ਜਿਹੜੀ ਇਹ ਪ੍ਰਕਿਰਿਆ ਹੁੰਦੀ ਹੈ ਕਿਸਾਨ ਵੀਰੋ, ਬਹੁਤ ਹੀ ਚੰਦ ਮਿੰਟਾਂ ਦੇ ਵਿੱਚ ਹੋ ਜਾਂਦੀ ਹੈ। ਅਤੇ ਨਰ ਜਿਹੜੇ ਪੋਲਨ ਗ੍ਰੇਨ ਡਿੱਗ ਕੇ ਆਪਣੇ ਮਾਦਾ ਭਾਗ 'ਤੇ ਪੈਂਦੇ ਨੇ, ਫਿਰ ਜਿਹੜਾ ਆਪਣਾ ਦਾਣਾ ਬਣਨਾ ਸ਼ੁਰੂ ਹੋ ਜਾਂਦਾ। ਜਿਹੜਾ ਆਪਣਾ ਦਾਣਾ ਹੈ, ਜਿਵੇਂ ਆਪਾਂ ਕਹਿ ਦਈਏ ਵੀ ਜੇ ਇਹ ਝੋਨੇ ਦਾ ਆਪਣਾ ਦਾਣਾ, ਇਹ ਤਕਰੀਬਨ ਆਪਣੇ 20 ਤੋਂ 30 ਮਿੰਟ ਤੱਕ ਖੁੱਲ੍ਹਦਾ। ਅਤੇ ਯਾਨੀ ਕਿ 5 ਤੋਂ 10 ਮਿੰਟਾਂ ਦੇ ਵਿੱਚ ਜਿਹੜੀ ਸਾਰੀ ਪ੍ਰਕਿਰਿਆ ਪੋਲਨ ਗ੍ਰੇਨ ਦੀ, ਜਿਵੇਂ ਪੋਲਨ ਦਾ ਗਿਰਨਾ, ਜਿਹੜੀ ਬੂਰ ਪੈਣ ਦੀ ਪ੍ਰਕਿਰਿਆ ਕੰਪਲੀਟ ਹੋ ਜਾਂਦੀ ਹੈ। ਅਤੇ ਜਿਹੜੇ ਆਪਣੇ ਪੋਲਨ ਗ੍ਰੇਨ ਹੁੰਦੇ ਨੇ, ਆਪਣੇ ਮੁੰਜਰ ਬਾਹਰ ਨਿਕਲ ਤੋਂ 6-7 ਦਿਨ ਪਹਿਲਾਂ ਮਚੋਰ ਹੋ ਜਾਂਦੇ ਨੇ, ਯਾਨੀ ਐਕਟਿਵ ਹੋ ਜਾਂਦੇ ਨੇ, ਅਤੇ ਚੰਦ ਹੀ ਮਿੰਟਾਂ ਵਿੱਚ ਸਾਰਾ ਕੰਮ ਹੋ ਜਾਂਦਾ। ਜੇਕਰ ਬੂਰ ਪੈਣ ਦੇ ਸਮੇਂ ਆਪਾਂ ਖੇਤ ਨੂੰ ਡਿਸਟਰਬ ਕਰਦੇ ਹਾਂ, ਸਪਰੇਅ ਕਰਦੇ ਹਾਂ, ਤਾਂ ਹੀ ਆਪਾਂ ਕਹਿੰਦੇ ਹਾਂ ਕਿ ਜਿਹੜੀ ਆਪਾਂ ਸਪਰੇਅ ਆ ਉੱਲੀ ਨਾਸ਼ਕ, ਚਾਹੇ NPK ਸਪਰੇਅ ਆ, ਆਪਾਂ ਨੂੰ ਨਿਸਾਰੇ ਤੋਂ ਪਹਿਲਾਂ ਗੋਭ ਦੀ ਸਟੇਜ 'ਤੇ ਹੀ ਕਰ ਦੇਣੀਆਂ ਚਾਹੀਦੀਆਂ ਨੇ। ਜੇਕਰ ਆਪਣੇ ਖੇਤ ਵਿੱਚ ਬੂਰ ਪੈਂਦਾ, ਉਸ ਸਮੇਂ ਆਪਾਂ ਸਪਰੇਅ ਲੈ ਕੇ ਆਪਾਂ ਟੈਂਕ ਲੈ ਕੇ ਅੰਦਰ ਵੜ ਜਾਂਦੇ ਹਾਂ, ਅਤੇ ਜਿਹਦੇ ਨਾਲ ਫਿਰ ਆਪਣਾ ਝੋਨਾ ਡਿਸਟਰਬ ਹੁੰਦਾ, ਖੇਤ ਡਿਸਟਰਬ ਹੁੰਦਾ, ਜਿਹਦੇ ਨਾਲ ਆਪਣੇ ਫਿਰ ਫੋਕ ਪੈਣ ਦੀ ਜਿਹੜੀ ਸਮੱਸਿਆ ਵੀ ਵੱਧ ਸਕਦੀ ਹੈ। ਅਤੇ ਜਿਹੜੇ ਆਪਣੇ ਝੋਨੇ ਦੇ ਸਪਾਈਕ ਲੈਟ, ਜਿਵੇਂ ਆਪਾਂ ਝੋਨੇ ਦਾ ਦਾਣਾ ਖੁੱਲ੍ਹਣ ਦੀ ਪ੍ਰਕਿਰਿਆ ਤਕਰੀਬਨ 20 ਤੋਂ 30 ਮਿੰਟ ਤੱਕ ਖੁੱਲ੍ਹੇ ਹੁੰਦੇ ਨੇ, ਅਤੇ ਜਿਹੜੀ ਆਪਣੀ ਬੂਰ ਪੈਣ ਦਾ ਪ੍ਰਕਿਰਿਆ, ਯਾਨੀ ਕਿ ਆਪਣੇ ਪੋਲਨ ਗ੍ਰੇਨ ਡਿੱਗਣ ਦੀ ਪ੍ਰਕਿਰਿਆ, 5 ਤੋਂ 10 ਮਿੰਟਾਂ ਦੇ ਵਿੱਚ ਸਾਰਾ ਕੰਮ ਹੋ ਜਾਂਦਾ। ਇਸ ਤੋਂ ਬਾਅਦ ਜਿਵੇਂ ਆਪਣੇ ਮੀਂਹ ਆਵੇ, ਹਨੇਰੀ ਆਵੇ, ਇਸਦਾ ਕੋਈ ਆਪਾਂ ਨੂੰ ਆਪਣਾ ਕੋਈ ਬਹੁਤਾ ਨੁਕਸਾਨ ਨਹੀਂ ਹੁੰਦਾ। ਅਤੇ ਇਹ ਆਪਣੇ ਜਿਹੜੇ ਬੂਰ ਪੈਣ ਦੀ ਪ੍ਰਕਿਰਿਆ ਸਮੇਂ, ਯਾਨੀ ਕਿ ਪੈਨਿਕਾ ਸਟੇਜ ਤੋਂ ਲੈ ਕੇ, ਅਤੇ ਉਸ ਤੋਂ ਬਾਅਦ ਜਿਵੇਂ ਆਪਣੇ ਗੋਭ ਸਟੇਜ ਆ, ਗੋਭ ਸਟੇਜ ਤੋਂ ਲੈ ਕੇ ਆਪਣੇ ਜਦੋਂ ਤੱਕ ਮਿਲਕ ਗ੍ਰੇਨ ਸਟੇਜ ਤੱਕ, ਆਪਣੇ ਖੇਤਾਂ ਦੇ ਵਿੱਚ ਨਮੀ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ। ਜੇਕਰ ਇਸ ਸਮੇਂ ਆਪਣੇ ਖੇਤ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਸੋਕਾ ਲੱਗ ਜਾਂਦਾ ਜਾਂ ਕਿਸੇ ਵੀ ਪ੍ਰਕਾਰ ਦਾ ਸਟ੍ਰੈਸ ਆਉਂਦਾ ਹੈ, ਤਾਂ ਇਹਦੇ ਨਾਲ ਆਪਣਾ ਝਾੜ 25% ਤੋਂ ਲੈ ਕੇ ਆਪਾਂ ਨੂੰ 50% ਤੱਕ ਆਪਣਾ ਝਾੜ ਘੱਟ ਸਕਦਾ। ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਜਿਵੇਂ ਭਾਰੀਆਂ ਜ਼ਮੀਨਾਂ ਨੇ, ਇੱਕ ਵਾਰ ਜਿਵੇਂ ਆਪਾਂ ਗੋਭ ਦੀ ਸਟੇਜ ਤੋਂ ਲੈ ਕੇ ਇੱਕ ਵਾਰ ਪਾਣੀ ਲਗਾ ਦਿੰਦੇ ਹਾਂ, ਉਸ ਤੋਂ ਯਾਨੀ ਕਿ ਜਦੋਂ ਪਾਣੀ ਆਪਾਂ ਸੁੱਕ ਜਾਵੇ, ਪੂਰਾ ਜੀਰ ਜਾਵੇ, ਉਸ ਤੋਂ 1 ਦਿਨ ਬਾਅਦ ਫਿਰ ਆਪਾਂ ਪਾਣੀ ਲਗਾ ਸਕਦੇ ਹਾਂ। ਇਹ ਨਾ ਹੋਵੇ ਕਿ ਆਪਾਂ ਪਾਣੀ ਫੁੱਲ ਭਰ ਕੇ ਹੀ ਰੱਖਣਾ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਆਪਣੇ ਜਿਹੜੇ ਇਹ ਫੰਗਸ ਦਾ ਵੀ ਅਟੈਕ ਹੋਣਾ ਸ਼ੁਰੂ ਹੋ ਜਾਂਦਾ ਹੈ, ਅੱਗੇ ਲਈ ਥੋੜ੍ਹੇ ਦਿਨਾਂ ਦੇ ਵਿੱਚ ਜਾ ਕੇ ਆਪਣੇ ਜਿਹੜੇ ਤੇਲੇ ਦਾ ਅਟੈਕ ਵੀ ਸ਼ੁਰੂ ਹੋ ਜਾਂਦਾ ਹੈ। ਅਤੇ ਜਿਹੜੇ ਹਲਕੇ ਵਾਹਨ ਨੇ ਉੱਥੇ, ਕਿਉਂਕਿ ਪਾਣੀ ਘੱਟ ਜੀਰਦਾ,
ਇਹ ਘੱਟ ਪਾਣੀ ਆਪਣੇ ਖੜ੍ਹਦਾ, ਉੱਥੇ ਆਪਾਂ ਨੂੰ ਡੇਲੀ ਪਾਣੀ ਵੀ ਲਗਾਉਣਾ ਪੈ ਸਕਦਾ। ਯਾਨੀ ਕਿ ਟੋਟਲ ਗੱਲ ਇਹ ਕਿ ਜੇਕਰ ਇਹਨਾਂ ਦਿਨਾਂ ਦੇ ਵਿੱਚ ਆਪਾਂ ਖੇਤ ਨੂੰ ਸੋਕਾ ਲਵਾ ਦਿੰਦੇ ਹਾਂ, ਇਹਨਾਂ ਖੇਤ ਦਿਨਾਂ ਦੇ ਵਿੱਚ ਖੇਤ ਦੇ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਆਪਣੇ ਖੇਤਾਂ ਵਿੱਚ ਸੋਕਾ ਨਹੀਂ ਲੱਗਦਾ, ਜੇਕਰ ਆਪਣੇ ਤਾਂ ਆਪਣਾ ਝਾੜ ਦੇਖਣ ਨੂੰ ਬਹੁਤ ਵਧੀਆ ਮਿਲਦਾ। ਜੇਕਰ ਇਹਨਾਂ ਦਿਨਾਂ ਦੇ ਵਿੱਚ ਆਪਾਂ ਸੋਕਾ ਲੱਗ ਜਾਂਦਾ ਫਸਲ ਨੂੰ, ਤਾਂ ਆਪਣਾ ਝਾੜ 25% ਤੋਂ ਲੈ ਕੇ 50% ਤੱਕ ਆਪਣਾ ਝਾੜ ਕੱਟ ਸਕਦਾ। ਇਹਨਾਂ ਸਟੇਜ 'ਤੇ ਆਣ ਕੇ ਆਪਾਂ ਨੂੰ ਝੋਨੇ ਦੇ ਵਿੱਚ ਜ਼ਮੀਨ ਦੇ ਹਿਸਾਬ ਦੇ ਨਾਲ 1-2 ਇੰਚ ਪਾਣੀ ਖਿਲਾਰ ਸਕਦੇ ਹਾਂ। ਅਤੇ ਜਦੋਂ ਆਪਣਾ ਪਾਣੀ ਜੀਰ ਜਾਵੇ, ਉਸ ਤੋਂ ਬਾਅਦ ਜਿਵੇਂ ਭਾਰੀਆਂ ਜ਼ਮੀਨਾਂ ਦੇ ਵਿੱਚ ਤਾਂ 1-2 ਦਿਨ ਆਸਾਨੀ ਨਾਲ ਲੰਘ ਜਾਂਦੇ ਨੇ, ਕਿਉਂਕਿ ਇਹਨਾਂ ਜ਼ਮੀਨਾਂ ਦੇ ਵਿੱਚ ਜਲਦੀ ਨਮੀ ਸੁੱਕਦੀ ਨਹੀਂ, ਜਲਦੀ ਸੋਕਾ ਨਹੀਂ ਬਣਾਉਂਦੀਆਂ ਜ਼ਮੀਨਾਂ ਜਿਹੜੀਆਂ। ਤਾਂ ਫਿਰ ਆਪਾਂ ਜਦੋਂ ਪਾਣੀ ਜੀਰ ਜਾਵੇ 1-2 ਦਿਨ ਦੇ ਬਾਅਦ, ਫਿਰ ਆਪਾਂ ਪਾਣੀ ਲਗਾ ਸਕਦੇ ਹਾਂ ਅਤੇ ਜਿਹਦੇ ਨਾਲ ਖੇਤ ਵਿੱਚ ਨਮੀ ਬਣੀ ਰਹੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਖੇਤ ਪਾਣੀ ਬਹੁਤ ਜ਼ਿਆਦਾ ਆਪਣਾ ਪੀਂਦਾ ਹੈ, ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅਤੇ ਜਦੋਂ ਆਪਣੀ ਟੋਟਲ ਜਿਹੜੀ ਬੂਰ ਪੈਣ ਦੀ ਪ੍ਰਕਿਰਿਆ ਪੂਰੀ ਨੇਪਰੇ ਚੜ੍ਹ ਗਈ ਹੋਵੇ, ਫਿਰ ਉਸ ਤੋਂ ਬਾਅਦ ਆਪਣੇ ਖੇਤਾਂ ਵਿੱਚ ਨਮੀ ਹੋਣਾ ਜ਼ਿਆਦਾ ਜ਼ਰੂਰੀ ਹੈ। ਜਦੋਂ ਮਿਲਕ ਗ੍ਰੇਨ ਸਟੇਜ ਆਉਂਦੀ ਹੈ, ਜਦੋਂ ਆਪਣੇ ਦਾਣੇ ਭਰਨੇ ਸ਼ੁਰੂ ਹੋ ਜਾਂਦੇ ਨੇ, ਪਹਿਲਾਂ ਆਪਣੀ ਮਿਲਕ ਗ੍ਰੇਨ ਸਟੇਜ ਆਉਂਦੀ, ਉਸ ਤੋਂ ਬਾਅਦ ਜਿਹੜਾ ਆਪਣਾ ਫਿਰ ਦਾਣਾ ਜਦੋਂ ਆਪਾਂ ਨੱਪਦੇ ਹਾਂ, ਥੋੜ੍ਹਾ ਕੁ ਹਾਰਡ ਹੋ ਜਾਂਦਾ, ਯਾਨੀ ਕਿ ਉਹਦੇ ਵਿੱਚ ਕਰੀਮ ਜੇ ਦੁੱਧ ਦੇ ਵਰਗਾ ਆਪਣਾ ਜਿਹੜਾ ਇਹ ਮਟੀਰੀਅਲ ਬਣਨਾ ਸ਼ੁਰੂ ਹੋ ਜਾਂਦਾ। ਅਤੇ ਫਿਰ ਆਪਾਂ ਹੌਲੀ ਹੌਲੀ ਜਿਹੜੀ ਪਾਣੀ ਲਗਾਉਣਾ ਆਪਾਂ ਬੰਦ ਕਰ ਦਿੰਦੇ ਹਾਂ। ਅਤੇ ਜਦੋਂ ਤੱਕ ਆਪਾਂ ਗੋ ਸਟੇਜ ਤੋਂ ਲੈ ਕੇ ਮਿਲਕ ਗ੍ਰੇਨ ਸਟੇਜ ਤੱਕ ਖੇਤਾਂ ਦੇ ਵਿੱਚ ਨਮੀ ਬਣਾਉਣਾ ਨਮੀ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਖੇਤ ਨੂੰ ਸੋਕਾ ਨਹੀਂ ਲੱਗਣ ਦੇਣਾ ਚਾਹੀਦਾ। ਅਤੇ ਇਸੇ ਤਰ੍ਹਾਂ ਆਪਾਂ ਝਾੜ ਆਪਣੇ ਖੇਤ ਤੋਂ ਵਿੱਚ ਵਧੀਆ ਲੈ ਸਕਦੇ ਹਾਂ। ਅਤੇ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ, ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ।